ਖਬਰ ਗੁਰੂ ਨਗਰੀ ਅੰਮ੍ਰਿਤਸਰ ਤੋਂ ਹੈ ਜਿੱਥੇ ਪੁਲਿਸ ਨੇ ਗੁਰੂ ਬਾਜ਼ਾਰ 'ਚ 10 ਮਈ ਨੂੰ ਹੋਈ ਲੁੱਟ ਦੀ ਵਾਰਦਾਤ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਇਸ ਵਾਰਦਾਤ ਨੂੰ ਮਸਤੀ ਗੈਂਗ ਵੱਲੋਂ ਅੰਜਾਮ ਦਿੱਤਾ ਗਿਆ ਸੀ। ਫਿਲਹਾਲ ਪੁਲਿਸ ਦੇ ਹੱਥੀ ਗਿਰੋਹ ਦੇ 2 ਮੈਂਬਰ ਚੜ ਗਏ ਹਨ, ਜਦੋਂ ਕਿ ਇਸ ਗੈਂਗ ਦਾ ਸਰਗਨਾ ਰਜਤ ਮਲਹੋਤਰਾ ਉਰਫ ਮਸਤੀ ਸਮੇਤ 5 ਮੁਲਜ਼ਮ ਅਜੇ ਵੀ ਫਰਾਰ ਹਨ। ਕਾਬੂ ਕੀਤੇ ਗਏ ਦੋਨਾਂ ਮੁਲਜ਼ਮਾਂ ਤੋਂ 23 ਬੋਰ ਦਾ ਇੱਕ ਪਿਸਤੌਲ, 5 ਜਿੰਦਾ ਕਾਰਤੂਸ, 1 ਮੋਟਰਸਾਈਕਲ, 980 ਗ੍ਰਾਮ ਚਾਂਦੀ ਅਤੇ 19 ਗ੍ਰਾਮ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ। ਤੁਹਾਨੂੰ ਦੱਸ ਦਈਏ ਕਿ 10 ਮਈ ਨੂੰ ਅੰਮ੍ਰਿਤਸਰ ਦੇ ਗੁਰੂ ਬਾਜ਼ਾਰ ਦੇ ਵਿੱਚੋਂ ਕੁਝ ਲੁਟੇਰਿਆਂ ਨੇ ਸੁਨਿਆਰੇ ਨੂੰ ਗੋਲੀ ਮਾਰ ਕੇ ਕਰੀਬ 1.5 ਕਿਲੋ ਸੋਨਾ ਚਾਂਦੀ ਦੇ ਗਹਿਣੇ ਅਤੇ ਨਕਦੀ ਲੁੱਟੇ ਸਨ। 10 ਤਰੀਕ ਰਾਤ ਨੂੰ ਕਰੀਬ 8:30 ਵਜੇ ਗੁਰੂ ਬਾਜ਼ਾਰ ਦੇ ਵਿੱਚ ਇੱਕ ਲੁੱਟਖੋ ਦੀ ਵਾਰਦਾਤ ਹੋ ਗਈ ਸੀ ਸੁਨਿਆਰੇ ਦੀ ਦੁਕਾਨ 'ਤੇ, ਜਿਹਦੇ ਵਿੱਚ ਤਕਰੀਬਨ ਜਿਹੜਾ ਹੈਗਾ 1100 ਗ੍ਰਾਮ ਜਿਹੜਾ ਕਿਲੋ ਦੇ ਕਰੀਬ ਜਿਹੜਾ ਸੋਨਾ ਚਲੇ ਗਿਆ ਸੀਗਾ ਔਰ ਨਾਲ ਹੀ ਚਾਂਦੀ ਅਤੇ ਕੁਛ ਜਿਹੜੀ ਨਕਦੀ ਗਈ ਸੀ। ਇਸ ਸੰਬੰਧ ਦੇ ਵਿੱਚ ਸ਼੍ਰੀ ਵਾਸਤਵ ਕਮਿਸ਼ਨਰ ਅੰਮ੍ਰਿਤਸਰ ਉਹਨਾਂ ਨੇ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਸੀਗਾ, ਜਿਹਦੇ ਵਿੱਚ SP ਇਨਵੈਸਟੀਗੇਸ਼ਨ ਸਰਦਾਰ ਹਰਜੀਤ ਸਿੰਘ, ਮਨਜੀਤ ਸਿੰਘ ACP ਸਾਊਥ, CA ਇੰਸਪੈਕਟਰ ਅਤੇ SHO ਕੋਤਵਾਲੀ ਦੀ ਜਿਹੜੀ ਇਹ ਸਾਂਝੀ ਆਪਰੇਸ਼ਨ ਚੱਲ ਰਿਹਾ ਸੀਗਾ। ਇਸ ਟੀਮ ਵੱਲੋਂ ਜਿਹੜਾ ਬੜਾ ਬਰੀਕੀ ਦੇ ਨਾਲ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਕੀਤੀ ਗਈ। ਇਸ ਇਨਵੈਸਟੀਗੇਸ਼ਨ ਦੌਰਾਨ ਅੱਜ ਬੜੀ ਵੱਡੀ ਸਫਲਤਾ ਮਿਲੀ, ਜਦੋਂ ਇਸ ਵਾਰਦਾਤ ਵਿੱਚ ਸ਼ਾਮਲ ਜਿਹੜੇ ਅਸੀਂ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਤੋਂ ਅਸੀਂ 980 ਗ੍ਰਾਮ ਜਿਹੜੀ ਆ ਚਾਂਦੀ ਰਿਕਵਰ ਕਰ ਲਈ, 1300 ਗ੍ਰਾਮ ਜਿਹੜਾ ਗੋਲਡ, 13 ਗ੍ਰਾਮ ਗੋਲਡ ਅਤੇ 1 ਅਸੀਂ 32 ਬੋਰ ਦਾ ਪਿਸਟਲ ਵਿੱਚ ਨਾਲ ਉਹਦੇ 5 ਜਿਹੜੇ ਰੌਂਦ ਅਸੀਂ ਜਿਹੜੇ ਆ ਉਹ ਰਿਕਵਰ ਕੀਤੇ ਆ। ਔਰ ਇਹਨਾਂ ਇਹ ਜਿਹੜੇ ਦੋਸ਼ੀ ਆ ਇਹਨਾਂ 'ਤੇ ਔਲਰੇਡੀ ਪਹਿਲਾਂ ਵੀ ਪਰਚੇ ਦਰਜ ਆ। ਉਹ ਇਹ ਟੋਟਲ ਜਿਹੜੀ ਵਾਰਦਾਤ ਨੂੰ ਅੰਜਾਮ ਆ ਉਹ 7 ਵਿਅਕਤੀਆਂ ਨੇ ਦਿੱਤਾ ਸੀਗਾ, ਜਿਹੜੇ ਪਹਿਲਾਂ ਹੀ ਸਾਨੂੰ ਜਿਹੜੇ ਵਾਂਟਡ ਅਕਿਊਜ਼ਡ ਹੈਗੇ ਆ, ਅਸੀਂ ਉਹਨਾਂ ਨੂੰ ਨੋਮੀਨੇਟ ਹੋ ਚੁੱਕੇ ਆ, ਜਲਦੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਾਂਗੇ। ਇਹ ਜਿਹੜੇ ਸਾਰੇ ਦੋਸ਼ੀ ਆ ਇਹ ਸਾਰੇ ਇੱਥੇ ਲੋਕਲ ਰਹਿਣ ਵਾਲੇ ਆ ਔਰ ਪਹਿਲਾਂ ਵੀ ਜਿਹੜੇ ਵਾਰਦਾਤਾਂ ਦੇ ਵਿੱਚ ਸ਼ਾਮਲ ਨਹੀਂ, ਇਹ ਲਿੰਕ ਨਹੀਂ ਸੀਗਾ। ਇਹ ਆਲਰੇਡੀ ਜਿਹੜੀਆਂ ਹੈਗੀਆਂ, ਜਿਹੜੇ ਹੁਣ ਅਸੀਂ 2 ਦੋਸ਼ੀ ਫੜੇ ਆ, ਇਹ ਪਹਿਲਾਂ ਵੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇ ਵਿੱਚ ਸ਼ਾਮਿਲ ਆ। ਜਿਹੜੇ 7 ਦੇ 7 ਦੋਸ਼ੀ ਆ ਇਹਨਾਂ ਦੇ ਖਿਲਾਫ ਪਹਿਲਾਂ ਵੀ ਜਿਹੜੇ ਸੰਗੀਨ ਜੁਰਮਾਂ ਦੇ ਜਿਹੜੇ ਮੁਕੱਦਮੇ ਦਰਜ ਆ। ਜਿਹੜੇ ਗੋਲਡ ਦੀ ਰਿਕਵਰੀ ਰਹਿ ਗਈ ਆ, ਜਿਹੜੀ ਚਾਂਦੀ ਆ ਉਹ ਰਿਕਵਰ ਹੋ ਗਈ ਆ, ਕੁਛ ਉਹਦੇ ਵਿੱਚੋਂ ਜਿਹੜਾ 13 ਗ੍ਰਾਮ ਆ ਅਸੀਂ ਜਿਹੜਾ ਗੋਲਡ ਰਿਕਵਰ ਕਰ ਲਿਆ, ਵੈਪਨ ਰਿਕਵਰ ਕਰ ਲਏ ਆ। ਜਿਹੜੇ ਦੋਸ਼ੀ ਆ 5 ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਬਾਕੀ ਆ। ਵਾਰਦਾਤ ਵਿੱਚ ਸ਼ਾਮਿਲ ਵਰਤਿਆ ਗਿਆ ਜਿਹੜਾ ਮੋਟਰਸਾਈਕਲ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ, ਜਿਹੜਾ ਵੈਪਨ ਯੂਜ਼ ਹੋਇਆ ਉਹ ਵੀ ਰਿਕਵਰ ਕਰ ਲਿਆ। ਨਹੀਂ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਦੋਸ਼ੀ ਆ ਇਹ ਹਜੇ ਸਿਰਫ 2 ਦੋਸ਼ੀ ਗ੍ਰਿਫਤਾਰ ਕੀਤੇ ਆ, ਬਾਕੀ ਅਸੀਂ ਅੱਜ ਹੀ ਇਹਨਾਂ ਨੂੰ ਗ੍ਰਿਫਤਾਰ ਕੀਤਾ। 5 ਦੋਸ਼ੀ ਜਿਹੜੇ ਗ੍ਰਿਫਤਾਰ ਕਰਨੇ ਬਾਕੀ ਆ, ਇਹਨਾਂ ਨੇ ਆਪਸ ਦੇ ਵਿੱਚ ਜਿਹੜਾ ਸਮਾਨ ਵੰਡ ਲਿਆ ਸੀਗਾ, ਜਿਹੜਾ ਹਿੱਸਾ ਇਹਨਾਂ ਦੇ ਆਇਆ ਉਹ ਅਸੀਂ ਰਿਕਵਰ ਕਰ ਲਿਆ, ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਸੀਂ ਬਾਕੀ ਵੀ ਜਿਹੜੀ ਆ ਰਿਕਵਰੀ ਕਰ ਲਾਂਗੇ। ਇਹਨਾਂ ਦਾ ਬਹੁਤਾ ਕੋਈ ਜ਼ਿਆਦਾ ਨਹੀਂ ਸੀ ਕਿਉਂਕਿ ਇਹਨਾਂ ਇਹ ਇਕੱਠੇ ਹੀ ਪਹਿਲਾਂ ਵੀ ਜੇਲ੍ਹ ਦੇ ਵਿੱਚ ਇਕੱਠੇ ਰਹੇ ਆ, ਕੋ ਅਕਿਊਜ਼ਡ ਸੀਗੇ। ਇਹਨਾਂ ਨੇ ਆਪਸ 'ਚ ਪਲੈਨਿੰਗ ਬਣਾਈ ਵੀ ਕਿਤੋਂ ਕੋਈ ਲੁੱਟ ਖੋ ਕਰੀਏ। ਇਹਨਾਂ ਨੇ ਜਿਹੜਾ ਸੌਫਟ ਟਾਰਗੇਟ, ਕਿਉਂਕਿ ਇਹ ਦੁਕਾਨ ਬੜੀ ਅੰਦਰ ਕਰਕੇ ਸੀਗੀ ਔਰ ਸਾਰਿਆਂ ਤੋਂ ਲੇਟ ਰਾਤ ਨੂੰ ਬੰਦ ਕਰਦੇ ਸੀਗੇ, ਇਹ ਇਸੇ ਇਲਾਕੇ ਦੇ ਭੇਤੀ ਸੀਗੇ। ਇੱਥੇ
ਘੁੰਮਦੇ ਫਿਰਦੇ ਰਹਿੰਦੇ ਸੀ। ਇਹਨਾਂ ਨੇ ਦੇਖਿਆ ਵੀ ਉੱਥੇ ਸ਼ਾਮ ਨੂੰ ਸਿਰਫ ਜਿਹੜੇ ਦੋ ਵਿਅਕਤੀ ਹੁੰਦੇ ਆ ਔਰ ਦੁਕਾਨ 'ਤੇ ਕੋਈ ਕੈਮਰਾ ਨਹੀਂ ਹੁੰਦਾ, ਕੋਈ ਗਾਰਡ ਨਹੀਂ ਹੁੰਦਾ। ਇਸ ਕਰਕੇ ਇਹਨਾਂ ਨੇ ਸੌਫਟ ਟਾਰਗੇਟ ਸਮਝ ਕੇ ਜਿਹੜਾ ਇੱਥੇ ਜਿਹੜਾ ਆਪਣਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਬਿਊਰੋ ਰਿਪੋਰਟ, ਪੰਜਾਬ ਟੂਡੇ।